ਓਸ਼ੋ ਦੇ ਲੈਕਚਰ ਸਵਾਲ ਹੈ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਗਾਂਧੀ ਦੀ ਗੱਲ ਕੀਤੀ ਤਾਂ ਲੋਕ ਚਲੇ ਗਏ ਹੁਣ ਵੀ ਹੁੰਦਾ ਹੈ ਸ਼ਾਇਦ ਕਦੇ-ਕਦੇ ਅਜਿਹਾ ਹੁੰਦਾ ਹੈ ਕਿ ਕੋਈ ਚੋਟ ਐਸੀ ਲੱਗਦੀ ਹੈ ਠੀਕ ਤਰ੍ਹਾਂ ਨਾਲ ਜੇਕਰ ਲੱਗ ਗਈ ਤਾਂ ਮੈਂ ਚੱਲ ਸਕਦਾ ਪਰ ਜੇ ਮੈਨੂੰ ਲੱਗ ਗਈ ਤਾਂ ਮੈਨੂੰ 5-10 ਮਿੰਟ ਕੁਝ ਠਹਿਰਨਾ ਪਏਗਾ ਤਾਂ ਅਜਿਹਾ ਨਹੀਂ ਕਿ ਮੈਂ ਛੱਡ ਗਿਆ ਉੱਤਰ ਉਹ ਜੇਕਰ ਮੁੜ ਵੀ ਆਉਣਗੇ ਤਾਂ ਮੈਂ ਮੰਨਦਾ ਕਿ ਉਹ ਪਹਿਲਾਂ ਨਾਲੋਂ ਵਧੇਰੇ ਚੰਗੀ ਹਾਲਤ 'ਚ ਹੋਣਗੇ ਕਿਉਂਕਿ ਜਦੋਂ ਮੁੜਨਗੇ ਤੋ ਇਸ ਗੱਲ ਨੂੰ ਜਾਣ ਕੇ ਹੀ ਮੁੜਨਗੇ ਕਿ ਮੈਂ ਉਹਨਾਂ ਨੂੰ ਝੋਟ ਪੁਝਾ ਸਕਦਾ ਹੁਣ ਮੇਰੇ ਬਾਬਤ ਉਹ ਸਾਫ਼ ਮੁੜਨਗੇ ਤਾਂ ਵੀ ਹਿਤਕਾਰੀ ਹੋਏਗਾ ਉਹ ਦੂਜੇ ਆਦਮੀ ਹੋ ਕੇ ਮੁੜਨਗੇ ਜੇਕਰ ਉਹ ਮੁੜਦੇ ਵੀ ਹਨ ਕੁਝ ਮੁੜੇ ਵੀ ਹਨ ਬਹੁਤ ਸਾਰੇ ਤਾਂ ਹੁਣ ਉਹ ਇੱਕ ਗੱਲ ਸਾਫ਼ ਕਰਕੇ ਮੁੜ ਰਹੇ ਹਨ ਕਿ ਮੈਂ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਪਰਸਿਊ ਕਰਨ 'ਚ ਉਤਸੁਕ ਨਹੀਂ ਹਾਂ ਤੇ ਮੈਂ ਮੰਨਦਾ ਅੰਤ ਵਿੱਚ ਇਹ ਬਲ ਮਿਲੇਗਾ ਜੇ ਮੈਂ ਤੁਹਾਨੂੰ ਕਿਸੇ ਤਰ੍ਹਾਂ ਪਰਸਿਊ ਨਹੀਂ ਕਰ ਰਿਹਾ ਕਿਸੇ ਤਰ੍ਹਾਂ ਤੁਹਾਡੇ ਚ ਇਸ ਤਰ੍ਹਾਂ ਦੀ ਦਿਲਚਸਪੀ ਨਹੀਂ ਲੈ ਰਿਆ ਕਿ ਕਿਸੇ ਵੀ ਹਾਲਤ ਚ ਮੈਂ ਤੁਹਾਡੇ ਨਾਲ ਰਾਜ਼ੀ ਹੋ ਜਾਵਾਂ ਤਾਂ ਮੈਂ ਮੰਨਦਾ ਮੇਰੇ ਤੇ ਤੁਹਾਡੇ ਦਰਮਿਆਨ ਬਦੇਰੇ ਸincere ਸਬੰਧ ਪੈਦਾ ਹੋਣਗੇ ਕਿਉਂਕਿ ਇੱਕ ਤਰ੍ਹਾਂ ਦਾ ਧੋਖਾ ਹੀ ਹੈ ਉਹ ਜਿਵੇਂ ਗਾਂਧੀ ਦੇ ਖਿਲਾਫਾਂ ਨਹੀਂ ਬੋਲ ਰਿਹਾ ਤਾਂ ਵੀ ਧੋਖਾ ਹੀ ਦੇ ਰਿਹਾ ਜੇ ਇੱਕ ਆਦਮੀ ਮੇਰੇ ਕੋਲ ਆਉਂਦਾ ਤੇ ਕੁਰਾਨ ਦੇ ਖਿਲਾਫ ਮੈਂ ਇਹ ਦੇਖੇ ਕਿ ਮੈਂ ਬੋਲ ਰਿਹਾ ਤੇ ਉਹ ਕਿਉਂਕਿ ਮੁਸਲਮਾਨ ਹਨ ਇਸ ਲਈ ਕੁਰਾਨ ਦੇ ਖਿਲਾਫ ਨਹੀਂ ਬੋਲਦਾ ਤਾਂ ਵੀ ਮੈਂ ਧੋਖਾ ਦੇ ਰਿਹਾ ਉਹਦੇ ਸਬੰਧ ਵਿੱਚ ਕਦੇ ਓਨੈਸਟ ਨਹੀਂ ਹੋ ਸਕਦਾ ਮੈਂ ਜੋ ਹਾਂ ਉਹ ਸਾਫ਼ ਹੈ ਸੋ ਹੁਣ ਤਾਂ ਹੌਲੀ-ਹੌਲੀ ਅਜਿਹੀ ਸਥਿਤੀ ਬਣਾ ਲਵਾਂਗਾ 2 ਸਾਲ ਚ ਕਿ ਮੈਂ ਜਿਉਂ ਜਾ ਹਾਂ ਉਹ ਜਿਹਾ ਸਾਫ਼ ਆ ਬੁਰਾ ਪਲਾ ਜਿਹਾ ਹੋ ਜਾ ਤੁਸੀਂ ਆਉਂਦੇ ਹੋ ਤਾਂ ਸਭ ਜਾਣ ਕੇ ਆਉਂਦੇ ਹੋ ਇਸ ਲਈ ਤੁਹਾਡੇ ਮੁਰ ਜਾਣ ਦਾ ਉਪਾਅ ਘੱਟ ਹੋ ਜਾਏਗਾ ਅਜੇ ਪਿੱਛੇ ਦਿੱਕਤ ਸੀ ਮੁੜ ਜਾਂਦਾ ਡਰ ਸਦਾ ਬਣਿਆ ਰਹਿੰਦਾ ਸੀ ਉਹ ਕਠਿਨਾਈ ਉਹਦੀ ਹੈ ਜਿਉ ਮਿਟਾ ਲੈਂਦਾ ਬਿਲਕੁਲ ਤਾਂ ਉਸ ਟ ਸਿੱਧਾ ਸਾਫ਼ ਮਾਮਲਾ ਹੋ ਜਾਏਗਾ ਤੁਸੀਂ ਜਾਣ ਕੇ ਆਉਂਦੇ ਹੋ ਕਿ ਮੈਂ ਇਸ ਤਰ੍ਹਾਂ ਦਾ ਆਦਮੀ ਹਾਂ ਮੇਰੇ ਨਾਲ 2 ਘੰਟੇ ਜੇਕਰ ਬੈਠਣਾ ਹੈ ਤਾਂ ਇਹ ਸਭ ਸੰਭਾਵਨਾ ਹੈ ਤਾਂ ਮੈਂ ਮੰਨਦਾ ਕਿ ਅਸੀਂ ਕੁਝ ਕੰਮ ਕਰ ਪਾਵਾਂਗੇ ਤੇ ਸਬੰਧ ਹਾਰਦਿਕ ਹੋ ਪਾਉਣਗੇ ਤੇ ਨਹੀਂ ਤਾਂ ਨਹੀਂ ਹੋ ਪਾਉਂਦੇ ਛੋਟੇ ਤੋਂ ਛੋਟੇ ਲੋਕਾਂ ਨਾਲ ਨਹੀਂ ਵੱਡੇ ਤੋਂ ਵੱਡੇ ਲੋਕਾਂ ਨਾਲ ਅਜਿਹੀ ਹਾਲਤ ਹੈ ਇੱਕ ਵੱਡੇ ਸੰਤ ਆਪਣੇ ਆਸ਼ਰਮ 'ਚ ਰੋਜ਼ਾਨਾ ਮੇਰੀਆਂ ਕਿਤਾਬਾਂ ਦਾ ਪਾਠ ਕਰਦੇ ਸੀ ਬਰਿਆਂ ਤੋਂ ਬੈਠ ਕੇ ਸਾਰੇ ਸ਼ਾਸਤਰਾਂ ਨੂੰ ਸਮਝਾਉਂਦੇ ਸੀ ਗਾਂਧੀ ਤੇ ਵਿਚਾਰ ਲਿਓ ਬੋਲਿਆ ਤਾਂ ਸਭ ਕਿਤਾਬਾਂ ਉੱਥੋਂ ਹਟਾ ਦਿੰਦੇ ਹਨ ਕਿਤਾਬਾਂ ਉਹੀ ਹਨ ਉਹਨਾਂ 'ਚ ਕੋਈ ਫਰਕ ਨਹੀਂ ਮਜ਼ਾ ਮੈਂ ਗਾਂਧੀ ਦੇ ਉਲਟ ਬੋਲਿਆ ਤਾਂ ਇਸ ਲਈ ਸਾਰਾ ਗੜਬੜ ਹੋ ਗਿਆ ਹੁਣ ਉਹ ਮਾਮਲਾ ਹੈ ਕਿ ਚੰਗਾ ਹੀ ਹੋਇਆ ਉਹ ਨਾਹਾ ਕੀ ਮਿਹਨਤ ਕਰ ਰਹੇ ਸਨ ਤਾਂ ਉਹ ਮੇਰੀ ਕਿਤਾਬ ਨਹੀਂ ਸਮਝ ਪਾਉਣਗੇ ਉਹ ਭੁੱਲ ਚੁੱਕ ਦੀ ਗੱਲ ਚੱਲ ਰਹੀ ਸੀ ਸੋ ਕਠਿਨਾਈ ਤਾਂ ਹੈ ਹੀ ਇਸ ਵਿੱਚ ਲੰਮਾ ਵੀ ਸਮਾਂ ਲੈਂਦੀ ਹੈ ਇਹ ਗੱਲ ਲੇਕਿਨ ਥੋੜਾ ਜਿਹਾ ਜੋ ਵੀ ਕੰਮ ਹੋ ਪਾਏਗਾ ਉਹ ਹੋਏਗਾ ਲੱਗੇਗਾ ਕਿ ਕੰਮ ਨਹੀਂ ਹੋ ਪਾਏਗਾ ਫੈਲਾਅ ਬਹੁਤ ਦਿੱਸੇਗਾ ਕੁਝ ਹੋ ਨਹੀਂ ਪਾਏਗਾ ਉਸ ਵਿੱਚੋਂ ਕੁਝ ਨਿਕਲੇਗਾ ਵੀ ਨਹੀਂ ਅਗਲਾ ਸਵਾਲ ਵਿਅਕਤੀ ਦੇ ਢੰਗ ਨਾਲ ਜੇਕਰ ਵੇਖਿਆ ਜਾਏ ਤਾਂ ਆਖਰਚ ਉਦੇਸ਼ ਕੀ ਹੈ ਤੇ ਸਮਾਜ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਏ ਤਾਂ ਇਹਨਾਂ ਦਾ ਮਕਸਦ ਕੀ ਹੈ ਤੁਸੀਂ ਅਲਟੀਮੇਟਲੀ ਕਿੱਥੇ ਜਾਣਾ ਚਾਹੁੰਦੇ ਹੋ ਉੱਤਰ ਤੋਹਾਂ ਦ੍ਰਿਸ਼ਟੀਆਂ ਤੋਂ ਇੱਕ ਹੀ ਗੱਲ ਹੈ ਵਿਅਕਤੀ ਦੀ ਦ੍ਰਿਸ਼ਟੀ ਤੋਂ ਵੀ ਸਮਾਜ ਦੀ ਦ੍ਰਿਸ਼ਟੀ ਤੋਂ ਵੀ ਵਿਅਕਤੀ ਦੇ ਹਿੱਤ ਵਿੱਚ ਸੰਭਾਵਨਾ ਹੈ ਆਨੰਦ ਪਾਉਣ ਦੀ ਉਹ ਪ੍ਰਗਟ ਨਹੀਂ ਹੋ ਪਾਏਗੀ ਨਹੀਂ ਹੋ ਪਾਰੇਗੀ ਕਦੇ ਇਕੇ ਦੁੱਖੇ ਆਦਮੀ ਵਿੱਚ ਪ੍ਰਗਟ ਹੋਈ ਹੈ ਵੱਡੇ ਵਿਆਪਕ ਪੈਮਾਨੇ ਤੋਂ ਪ੍ਰਗਟ ਨਹੀਂ ਹੋਈ ਉਹਦੀ ਜੋ ਆਨੰਦ ਦੀ ਸੰਭਾਵਨਾ ਪ੍ਰਗਟ ਨਾ ਹੋਵੇ ਤਾਂ ਇਸ ਜਿਸ ਸਮਾਜ ਦੀ ਉਸਾਰੀ ਕਰਦਾ ਹੈ ਉਹ ਵੀ ਦੁਖਦਾਈ ਸਮਾਜ ਹੁੰਦਾ ਹੈ ਇਸ ਲਈ ਮੇਰੇ ਲਈ ਤਾਂ ਇੱਕ ਹੀ ਹੈ ਦੋਹਾਂ ਦੇ ਪਿੱਛੇ ਕਿ ਵਿਅਕਤੀਵਾਦ ਤੋਂ ਬਾਅਦ ਆਨੰਦ ਨੂੰ ਕਿਵੇਂ ਉਪਲਬਧ ਹੋਵੇ ਜਿਸ ਰਾਹ ਤੋਂ ਮੈਨੂੰ ਲੱਗਦਾ ਹੈ ਕਿ ਆਨੰਦ ਹੈ ਜਿਸ ਰਾਹ ਤੋਂ ਮੈਨੂੰ ਆਨੰਦ ਮਿਲਦਾ ਹੈ ਉમે ਤੁਹਾਨੂੰ ਕਹਿ ਦੇਣਾ ਚਾਹੁੰਨਾ ਮੁਰਾਦ ਬਿਲਕੁਲ ਨਹੀਂ ਹੈ ਉਸ ਵਿੱਚ ਕਿ ਤੁਸੀਂ ਉਹਨੂੰ ਮੰਨੋ ਮੇਰਾ ਫਰਜ਼ ਪੂਰਾ ਹੋ ਜਾਂਦਾ ਹੈ ਮੈਨੂੰ ਜੇਕਰ ਦਿਖਾਈ ਪੈ ਰਿਹਾ ਕਿ ਜਿਸ ਜਗ੍ਹਾ ਮੈਂ ਖੜਾ ਉੱਥੇ ਰੋਸ਼ਨੀ ਦਿਖਾਈ ਪੈਂਦੀ ਹੈ ਤੇ ਜੇ ਤੁਸੀਂ 2 ਇੰਚ ਹਟ ਜਾਓ ਆਪਣੀ ਜਗ੍ਹਾ ਤੋਂ ਤਾਂ ਇੰਨੀ ਰੋਸ਼ਨੀ ਦੇ ਮਾਲਕ ਹੋ ਸਕਦੇ ਹੋ ਸੋ ਮੈਂ 2 ਇੰਚ ਤੁਹਾਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਇਹ 스ਵਿਚ ਵੀ ਤੁਹਾਡੇ ਤੇ ਮੇਰੀ ਦਇਆ ਨਹੀਂ ਹੈ ਇਸ 스ਵਿਚ ਵੀ ਆਨੰਦ ਵੰਡਣ ਨਾਲ ਮੈਨੂੰ ਆਨੰਦ ਮਿਲੇਗਾ ਉਹੀ ਗੱਲ ਹੈ ਤੁਹਾਡੇ ਉੱਤੇ ਕੋਈ করুণਾ ਨਹੀਂ ਤੁਹਾਨੂੰ ਕੁਝ ਲੈਣਾ ਦੇਣਾ ਨਹੀਂ ਇਧਰ ਮੇਰਾ ਅਨੁਭਵ ਅਜਿਹਾ ਹੈ ਕਿ ਆਨੰਦ ਮਿਲੇ ਤਾਂ ਤਤ ਆਨੰਦ ਮਿਲਦਾ ਹੀ ਹੈ ਜਦ ਤੁਸੀਂ ਉਸ ਆਨੰਦ ਨੂੰ ਵੰਡਿਏ ਤਾਂ ਉਹ ਕਰੋੜਾਂ ਗੁਣਾ ਹੋ ਜਾਂਦਾ ਹੈ ਸੋ ਮੈਂ ਆਪਣੇ ਆਨੰਦ ਨੂੰ ਕਰੋੜ ਗੁਣਾ ਕਰ ਰਿਹਾ ਕਿੰਨੇ ਜ਼ਿਆਦਾ ਲੋਕਾਂ ਨੂੰ ਉਹ ਮਿਲ ਸਕੇਗਾ ਉਹਨਾਂ ਜ਼ਿਆਦਾ ਮੈਨੂੰ ਮਿਲ ਸਕੇਗਾ ਤੇ ਅਲਟੀਮੇਟ ਦਾ ਕੋਈ ਖਿਆਲ ਨਹੀਂ ਹੈ ਹੁਣੇ ਉੱਤੇ ਮੇਰੀ ਸਦਾ ਨਜ਼ਰ ਹੈ ਯਾਨੀ ਮੇਰਾ ਮੰਨਣਾ ਹੈ ਹੁਣੇ ਮਿਲ ਸਕਦਾ ਹੈ ਜ਼ਰਾ ਕੋ ਫਰਕ ਦੀ ਲੋੜ ਹੈ ਜਿੱਥੇ ਤੁਸੀਂ ਖੜੇ ਹੋ ਉੱਥੇ ਸ਼ਾਇਦ ਥੋੜਾ ਹੀ ਰੁਖ ਬਦਲਣ ਦੀ ਗੱਲ ਹੈ ਉਹ ਤੁਹਾਨੂੰ ਮਿਲ ਸਕਦਾ ਹੈ ਸੋ ਜਿੰਨੇ ਲੋਕ ਮੇਰੇ ਨੇੜੇ ਆਉਣਗੇ ਉਹਨਾਂ ਨੂੰ ਮੈਂ ਇਹ ਕਹਿੰਦਾ ਚਲਿਆ ਜਾਵਾਂਗਾ ਜੇ ਉਹ ਰਾਜ਼ੀ ਹੋਣਗੇ ਉਹਨਾਂ ਨੂੰ ਕੁਮਾ ਕੇ ਖੜਾ ਕਰਨ ਦੇ ਲਈ ਤਿਆਰ ਹਾਂ ਮੈਂ ਉਹਨਾਂ ਨੂੰ ਕੁਮਾ ਕੇ ਉਸ ਪਾਸੇ ਕਰ ਦਿਆਂ ਜਿੱਥੇ ਰੌਸ਼ਨੀ ਮੈਨੂੰ ਮਾਲੂਮ ਹੁੰਦੀ ਹੈ ਜਿਸ ਪਾਸੇ ਉਹਨਾਂ ਨੇ ਆਦਤਵਸੀ ਕਦੀ ਦੇਖਿਆ ਨਹੀਂ ਹੈ ਇਸ ਨਾਲ ਮੈਨੂੰ ਆਨੰਦ ਮਿਲ ਰਿਹਾ ਹੈ ਇਸ ਲਈ ਤੁਹਾਨੂੰ ਮਿਲੇਗਾ ਨਹੀਂ ਮਿਲੇਗਾ ਅਜੇ ਮੈਨੂੰ ਪੱਕਾ ਨਹੀਂ ਹੈ ਮੈਂ ਤੁਹਾਨੂੰ ਘੁਮਾ ਵੀ ਪਾਵਾਂਗਾ ਇਹ ਵੀ ਜ਼ਰੂਰੀ ਨਹੀਂ ਹੈ ਲੇਕਿਨ ਮੈਂ ਤੁਹਾਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਵੀ ਮੈਂ ਅਨੰਦਤ ਤੇ ਵਿਅਕਤੀ ਬਦਲੇ ਤਾਂ ਮੇਰੇ ਲਈ ਸਮਾਜ ਵੀ ਬਦਲਦਾ ਹੈ ਧੰਨਵਾਦ